ਬਿਰਲਾ ਹੀ ਬਾਈਕ ਲੈ ਕੇ ਆਏ ਹਾਂ ਜੋ ਕਿ ਫੁੱਲੀ ਆਟੋਮੈਟਿਕਲੀ ਹੈ ਅਤੇ ਤੁਸੀਂ ਲੁੱਕ ਵਗੈਰਾ ਦੇਖ ਸਕਦੇ ਹੋ। ਠੀਕ ਹੈ, ਮੈਕਸੀਮਮ 4 ਤੋਂ 5 ਘੰਟੇ ਚਾਰਜ ਹੋਣੇ ਲੱਗਦੇ ਨੇ, ਵਨ ਟਾਈਮ ਚਾਰਜ ਕਰਾਂਗੇ ਇਹਨੂੰ 100+ ਐਵਰੇਜ ਹੈ ਇਹਦੀ। ਇਹਨੂੰ ਮੈਡਮ ਕਿਹੜਾ ਸਟਾਰਟ ਕਰਨਾ ਕੋਈ ਜ਼ਿਆਦਾ ਔਖਾ ਹੈਗਾ ਵਾ, ਆਹ ਦੇਖੋ ਚਾਬੀ ਔਨ ਕਰੋ ਅਤੇ ਸਟਾਰਟ ਬਾਈਕ। ਇਹ ਬਿਲਕੁਲ ਬੰਦਾ ਬਾਈਕ ਜਦੋਂ ਲੈਂਦਾ ਟੈਨਸ਼ਨ ਫਰੀ ਰਹਿੰਦਾ ਵਾ ਚੋਰੀ ਹੋਣ ਤੋਂ। ਤਾਂ ਆਪਾਂ ਨੂੰ ਅਲਾਰਮ ਹੋ ਰਿਹਾ, ਆਪਣੀ ਮੋਟਰ ਦੇਖਣੀ ਜਾਊਗੀ, ਦੇਖੋ ਮੋਟਰ ਜਾਮ ਹੋ ਗਿਆ ਆਪਣੀ। ਇਹਦੇ ਨਾਲ ਕੋਈ ਵੀ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦਾ ਹੈ ਜੇ ਇਹ ਬਿਲਕੁਲ ਮੋਟਰ ਜਿਹੜੀ ਹੈ ਜਾਮ ਹੋ ਜਾਂਦੀ ਹੈ, ਬਿਲਕੁਲ ਹਿਲਦੀ ਵੀ ਨਹੀਂ ਹੈਗੀ। ਇਹਦੀ ਆਪਣਾ ਕੋਈ ਉਹ ਨਹੀਂ, ਰਿਸਕ ਨਹੀਂ ਹੈਗਾ ਇਹਦਾ ਵੀ ਆਪਾਂ ਕਹਿ ਦਈਏ ਚਾਰਜ ਚੱਲਦਾ ਰਹੂਗਾ ਜਾਂ ਸਾਡੀ ਬੈਟਰੀ ਨਾ ਫਟ ਜਾਵੇ ਨਾ ਸਾਡਾ ਚਾਰਜਰ ਨਾ ਫਟ ਜਾਵੇ, ਇੱਦਾਂ ਦਾ ਆਪਾਂ ਨੂੰ ਕੋਈ 1% ਵੀ ਰਿਸਕ ਨਹੀਂ ਹੈਗਾ ਇਹਦਾ। ਅਕਸਰ ਹੀ ਅਸੀਂ ਦੇਖਦੇ ਕਿ ਜਿਹੜੇ ਬਾਈਕਸ ਹੁੰਦੇ ਨੇ ਬਹੁਤ ਜ਼ਿਆਦਾ ਹੈਵੀ ਹੁੰਦੇ ਪਰ ਉਹਨਾਂ ਨੂੰ ਸਾਂਭਣਾ ਬਹੁਤ ਜ਼ਿਆਦਾ ਔਖਾ ਹੁੰਦਾ, ਪਰ ਅੱਜ ਅਸੀਂ ਤੁਹਾਡੇ ਲਈ ਬਿਰਲਾ ਹੀ ਬਾਈਕ ਲੈ ਕੇ ਆਏ ਹਾਂ ਜੋ ਕਿ ਫੁੱਲੀ ਆਟੋਮੈਟਿਕਲੀ ਹੈ ਅਤੇ ਤੁਸੀਂ ਲੁੱਕ ਵਗੈਰਾ ਦੇਖ ਸਕਦੇ ਹੋ ਕਿੰਨੀ ਵਧੀਆ ਦੀ ਲੁੱਕ ਆ, R15 ਵਗੈਰਾ ਵਰਗੀ ਲੱਗਦੀ ਹੈ। ਅਤੇ ਸਾਡੇ ਨਾਲ ਮਨਦੀਪ ਸਿੰਘ ਜੀ ਮੌਜੂਦ ਨੇ, ਆਪਾਂ ਗੱਲ ਕਰ ਲੈਂਦੇ ਹਾਂ ਕਿ ਕਿਵੇਂ ਕਿੰਨੇ ਇਹਦੇ ਫੀਚਰਸ ਨੇ, ਕਿੰਨੇ ਕੁ ਐਵਰੇਜ ਦਿੰਦੀ ਹੈ ਅਤੇ ਫੁੱਲੀ ਆਟੋਮੈਟਿਕਲੀ ਹੈਗੀ ਹੈ ਕਿ ਨਹੀਂ ਅਤੇ ਚਾਰਜ ਕਿਵੇਂ ਹੁੰਦੀ ਹੈ। ਇਹ ਮੈਡਮ ਲੀਥੀਅਮ ਬੈਟਰੀ ਦੇ ਵਿੱਚ ਹੈਗਾ। ਠੀਕ ਹੈ, ਮੈਕਸੀਮਮ 4 ਤੋਂ 5 ਘੰਟੇ ਚਾਰਜ ਹੋਣੇ ਲੱਗਦੇ ਨੇ, ਵਨ ਟਾਈਮ ਚਾਰਜ ਕਰਾਂਗੇ ਇਹਨੂੰ 100+ ਐਵਰੇਜ ਹੈ ਇਹਦੀ। ਹਾਂਜੀ, ਇਹ ਹਾਈ ਸਪੀਡ ਬਾਈਕ ਨੇ, 100+ ਹੀ ਸਪੀਡ ਹੈ ਇਹਨਾਂ ਦੀ। ਇਹ ਨਹੀਂ ਹੈਗਾ ਵੀ ਘੱਟ ਐਵਰੇਜ ਜਾਂ ਘੱਟ ਸਪੀਡ ਦੇ ਵਿੱਚ ਨੇ, ਇਹ ਹਾਈ ਸਪੀਡ ਪਲੱਸ ਆਪਣੀ 100+ ਹੀ ਦੀ ਐਵਰੇਜ ਹੈ। ਇੱਕ ਵਾਰੀ ਸਰ ਇਹਨੂੰ ਸਟਾਰਟ ਕਰਕੇ ਦਿਖਾ ਦੋਗੇ ਕਿ ਕਿੱਦਾਂ ਸਟਾਰਟ ਹੁੰਦੀ ਹੈ, ਕੀ ਇਹਦਾ ਸਿਸਟਮ ਆ ਅਤੇ ਕਿਵੇਂ ਕਿਵੇਂ ਕੰਮ ਕਰਦੀ ਹੈ? ਇਹਨੂੰ ਮੈਡਮ ਕਿਹੜਾ ਸਟਾਰਟ ਕਰਨਾ ਕੋਈ ਜ਼ਿਆਦਾ ਔਖਾ ਹੈਗਾ ਵਾ, ਆਹ ਦੇਖੋ ਚਾਬੀ ਔਨ ਕਰੋ ਅਤੇ ਸਟਾਰਟ ਬਾਈਕ। ਆਵਾਜ਼ ਵੀ ਨਹੀਂ ਆ ਰਹੀ, ਬਿਲਕੁਲ ਸਾਇਲੈਂਟ। ਬਿਲਕੁਲ ਸਾਇਲੈਂਟ ਹੈ ਜੀ, ਬਿਲਕੁਲ ਸਾਇਲੈਂਟ ਹੈ। ਵਾਈਬ੍ਰੇਟ ਹੋ ਰਹੀ ਹੈ? ਨਹੀਂ, ਕੋਈ ਵਾਈਬ੍ਰੇਟ ਨਹੀਂ, ਵਾਈਬ੍ਰੇਟ ਵੀ ਨਹੀਂ ਹੋ ਰਹੀ ਵੈਸੇ ਤਾਂ। ਸਰ ਇਹ ਚੀਜ਼ ਕੀ ਇਹ? ਇਹ ਮੈਮ ਸੈਂਟਰ ਲੋਕਿੰਗ ਆ ਜੀ, ਇਹ ਸਿਕਿਉਰਿਟੀ ਗਾਰਡ ਕਹਿ ਦਿੰਦੇ ਨੇ ਆਪਾਂ ਇਹਨਾਂ ਨੂੰ ਜੀ। ਠੀਕ ਹੈ, ਇਹ ਦਿੱਤਾ ਹੈਗਾ ਜਿੱਦਾਂ ਆਪਾਂ ਚਾਬੀ ਤੋਂ ਸਟਾਰਟ ਕਰਦੇ ਹਾਂ ਬਾਈਕ ਆਪਣੇ ਨੋਰਮਲ। ਇਹ ਮੈਂ ਕਹਿੰਦਾ EV ਬਾਈਕ ਦੇ ਵਿੱਚ ਪਹਿਲਾ ਬਾਈਕ ਆਪਣੇ ਲੁਧਿਆਣੇ ਸ਼ਹਿਰ ਵਿੱਚ ਸਾਡੇ ਕੋਲ ਹੀ ਹੋਊਗਾ ਜੀ। ਠੀਕ ਹੈ, ਅਦਰਵਾਈਜ਼ ਕਿਸੇ ਸ਼ੋਰੂਮ ਦੇ ਵਿੱਚ ਨਹੀਂ ਹੈਗਾ ਇਹ ਸਾਡੇ ਕੋਲ ਪਹਿਲਾਂ ਆਇਆ ਵਾ। ਪਲੀਜ਼ ਆਹ ਦੇਖੋ, ਹਰ ਇੱਕ ਔਨ ਕਰ ਲੈਂਦਾ ਵਾ, ਪਰ ਇਹ ਆਪਾਂ ਰਿਮੋਟ ਤੋਂ ਔਨ ਕਰਨਾ। ਇਹ ਤੋਂ ਔਨ ਹੋ ਜਾਂਦੀ? ਹਾਂਜੀ, ਆਹ ਦੇਖੋ ਦੇਖੋ ਮੈਮ ਸਟਾਰਟ ਹੋ ਗਿਆ। ਸੋ ਤੁਸੀਂ ਐਕਟਿਵਾਸ ਦੇਖੀਆਂ ਹੋਣੀਆਂ, ਗੱਡੀਆਂ ਦੇਖੀਆਂ ਹੋਣੇ ਜੋ ਕਿ ਰੋਮੋਟ ਨਾਲ ਚੱਲਦੀਆਂ, ਪਰ ਅੱਜ ਅਸੀਂ ਤੁਹਾਨੂੰ ਇੱਕ ਬਾਈਕ ਜਿਹੜੀ ਹੈ ਦਿਖਾ ਰਹੇ ਹਾਂ ਜੋ ਕਿ ਬਿਲਕੁਲ ਹੀ R15 ਵਰਗੀ ਲੱਗ ਰਹੀ ਹੈ, ਬਿਲਕੁਲ ਆਟੋਮੈਟਿਕਲੀ ਹੈ ਅਤੇ ਇਸ ਚੀਜ਼ ਨਾਲ ਚੱਲਦੀ ਆ। ਜਿਵੇਂ ਕਿ ਅਸੀਂ ਗੱਡੀ ਦੇ ਵਿੱਚ ਦੇਖਦੇ ਹਾਂ ਕਿ ਗੱਡੀ ਦੇ ਵਿੱਚ ਜਿਹੜੇ ਕਿ ਲੱਗੇ ਹੁੰਦੇ ਆ ਅਤੇ ਇਸ ਦੇ ਨਾਲ ਹੀ ਤੁਸੀਂ ਇਹਦੀ ਲੁੱਕ ਜਿਹੜੀ ਉਹ ਇੱਕ ਵਾਰੀ ਫੇਰ ਮੈਂ ਕਹੂੰਗੀ ਕੈਮਰਾ ਪਰਸਨ ਨੂੰ ਇਹਦੀ ਲੁੱਕ ਜਿਹੜੀ ਹੈ ਦਿਖਾਉਣੀ ਅਤੇ ਇਹ ਸਰ ਇਹਦੇ ਨਾਲ ਸਟਾਰਟ ਹੋ ਕੇ ਇਹਦੇ ਨਾਲ ਹੀ ਬੰਦ ਹੋ ਜਾਂਦੀ ਹੈ? ਹਾਂਜੀ ਮੈਡਮ, ਅਗਰ ਆਪਾਂ ਰਿਮੋਟ ਤੋਂ ਸਟਾਰਟ ਕਰਾਂਗੇ ਤਾਂ ਰਿਮੋਟ ਤੋਂ ਹੀ ਬੰਦ ਹੋਊਗੀ। ਇਹ ਤੋਂ ਇਹ ਸੈਂਟਰ ਲੋਕਿੰਗ ਆਇਆ ਆਪਣਾ, ਅਗਰ ਆਪਾਂ ਇਹ ਤੋਂ ਲੋਕ ਲਗਾ ਦੇਵਾਂਗੇ ਇਹਨੂੰ, ਇਹ ਸਮਝ ਲਓ ਲੋਕ ਲੱਗ ਗਿਆ ਇਹਨੂੰ, ਅਗਰ ਆਪਣੀ ਬਾਈਕ ਕੋਈ ਟੱਚ ਕਰਦਾ ਜਾਂ ਕੋਈ ਵੀ ਛੇੜਦਾ ਵਾ ਤਾਂ ਸਾਰੀ ਬਾਈਕ ਅਲਾਰਮ ਹੋਊਗੀ। ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਲੁਧਿਆਣੇ ਸ਼ਹਿਰ ਦੇ ਵਿੱਚ ਜਾਂ ਆਪਣੇ ਪੰਜਾਬ ਦੇ ਵਿੱਚ ਕਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ, ਦਿਨੋਂ ਦਿਨ ਚੋਰੀਆਂ ਵੱਧਦੀਆਂ ਜਾ ਰਹੀਆਂ ਨੇ। ਇਹ ਬਿਲਕੁਲ ਬੰਦਾ ਬਾਈਕ ਜਦੋਂ ਲੈਂਦਾ ਟੈਨਸ਼ਨ ਫਰੀ ਰਹਿੰਦਾ ਵਾ ਚੋਰੀ ਹੋਣ ਤੋਂ। ਇਹ ਦੇਖੋ ਜਿੱਦਾਂ ਲੋਕ ਲਗਾ ਦਿੱਤਾ ਆਪਾਂ ਨੂੰ ਅਲਾਰਮ ਹੋ ਰਿਹਾ ਆਪਣੀ ਮੋਟਰ ਦੇਖਣੀ ਜਾਊਗੀ, ਦੇਖੋ ਮੋਟਰ ਜਾਮ ਹੋ ਗਈ ਆਪਣੀ। ਅੱਛਾ ਜੀ, ਇਹਦੇ ਨਾਲ ਕੋਈ ਵੀ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦਾ ਹੈ ਜੇ ਇਹ ਬਿਲਕੁਲ ਮੋਟਰ ਜਿਹੜੀ ਹੈ ਜਾਮ ਹੋ ਜਾਂਦੀ ਹੈ, ਬਿਲਕੁਲ ਹਿਲਦੀ ਵੀ ਨਹੀਂ ਹੈਗੀ, ਜਿੱਥੇ ਕਿ ਚੋਰੀਆਂ ਦਾ ਡਰ ਰਹਿੰਦਾ ਕਿ ਸਾਡੀ ਬਾਈਕ ਜਾਂ ਸਾਡੀ ਕੋਈ ਵੀ ਵਹੀਕਲ ਹੈ ਜਿਹੜੀ ਚੋਰੀ ਨਾ ਹੋ ਜਾਵੇ। ਹੁਣ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ, ਇੱਕ ਤਾਂ ਬਿਲਕੁਲ ਹੀ ਫੁੱਲੀ ਆਟੋਮੈਟਿਕਲੀ ਹੈ ਅਤੇ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਇਹਦੇ ਮਤਲਬ ਚੋਰੀ ਹੋਣ ਦੀ ਅਤੇ ਨਾਲ ਦੀ ਨਾਲ ਇਹਦੇ ਸਿਕਿਉਰਿਟੀ ਗਾਰਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਹਦੇ ਵਿੱਚ ਅਲਾਰਮ ਜਿਹੜਾ ਵੱਜ ਜਾਂਦਾ ਹੈ। ਅਤੇ ਸਰ ਇਹਦਾ ਚਾਰਜਰ ਕਿੱਦਾਂ, ਇਹਦਾ ਕਿੱਦਾਂ ਚਾਰਜ ਹੁੰਦਾ? ਚਾਰਜ ਮੈਡਮ ਨੋਰਮਲ ਚਾਰਜ ਆ, ਜਿੱਦਾਂ ਕਹਿ ਦਈਏ ਆਪਾਂ ਫੋਨ ਲੱਗਦੇ ਨੇ ਚਾਰਜ ਆਪਣੇ, ਉੱਦਾਂ ਹੀ ਇਹਦਾ ਚਾਰਜ ਲੱਗਦਾ ਵਾ।
ਲਗਾ ਕੇ ਦਿਖਾ ਦੋਗੇ ਕੀ ਕੀਤਾ ਹੈ, ਚਾਰਜਰ ਲੱਗਦਾ ਹੈ ਤੇ ਕਿਵੇਂ ਪਤਾ ਲੱਗਦਾ ਕਿ ਜਿਹੜੀ ਬਾਈਕ ਆ ਉਹ ਚਾਰਜ ਹੋ ਚੁੱਕੀ ਹੈ ਤੇ ਕਿਵੇਂ ਪ੍ਰੋਸੈਸ ਕਰਦੇ? ਇਹਦੇ ਨਾਲ ਆਟੋਮੈਟਿਕ ਚਾਰਜ ਹੁੰਦੇ ਨੇ, ਜਿੱਦਾਂ ਆਪਣੇ ਫੋਨ ਦੇ ਚਾਰਜ ਨੇਗੇ ਵੀ 100% ਫੁੱਲ ਚਾਰਜ ਹੋ ਗਿਆ ਬੰਦ ਹੋ ਜਾਂਦੇ ਨੇ ਜੀ, ਉਦਾਂ ਹੀ ਇਹ ਆ, ਇਹਨੂੰ ਆਪਾਂ ਚਾਰਜ ਚਾਹੇ ਰਾਤ ਨੂੰ ਲਗਾਓ ਚਾਹੇ ਦਿਨੇ ਲਗਾਓ 4-5 ਘੰਟੇ ਚਾਰਜ ਹੋਣਾ ਇਹਨਾਂ ਨੇ ਜੀ, ਠੀਕ ਆ। ਆਟੋਮੈਟਿਕ ਕੱਟ ਨੇਗੇ, ਜੋ ਕਿ 100% ਹੋ ਗਿਆ ਤਾਂ ਚਾਰਜਰ ਕੱਟ ਹੋ ਜੂਗਾ ਜੀ। ਇੱਕ ਵਾਰ ਚਾਰਜ ਹੋਣ ਤੋਂ ਬਾਅਦ ਇਹ ਕਿੰਨੇ ਕਿਲੋਮੀਟਰ ਚੱਲ ਸਕਦੀ? ਇਹ 100+ ਐਵਰੇਜ ਆ ਜੀ ਇਹਦੀ ਜੀ। ਹਾਂਜੀ, ਸੋ ਤੁਸੀਂ ਫੀਚਰਸ ਵਗੈਰਾ ਦੇਖ ਲਏ, ਕਿੱਦਾਂ ਕੰਮ ਕਰਦਾ ਇਹ ਵੀ ਦੇਖ ਲਿਆ। ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਚਾਰਜ ਕਿੱਦਾਂ ਹੁੰਦਾ। ਭਾਅ ਜੀ ਇਹ ਚਾਰਜ ਕਿੱਦਾਂ ਹੁੰਦਾ? ਮੈਮ ਦੇਖੋ, ਚਾਰਜ ਇਹਦਾ ਹੁੰਦਾ ਜਿੱਦਾਂ ਕਹਿ ਦਈਏ ਆਪਾਂ ਨੋਰਮਲ ਪਲੱਗ ਆ, ਫੋਨ ਚਾਰਜ ਕਰਦੇ ਹਾਂ ਨਾ ਆਪਾਂ, ਘਰ ਹਰ ਇੱਕ ਘਰ ਦੇ ਵਿੱਚ ਫੋਨ ਹੈਗੇ ਨੇ, ਸਿੰਪਲ ਪਲੱਗ ਲੱਗਿਆ ਹੋਇਆ ਵਾ, ਸਿੰਪਲ ਪਲੱਗ ਦੇ ਵਿੱਚ ਹੀ ਫੋਨ ਬਾਈਕ ਚਾਰਜ ਹੋ ਸਕਦਾ ਆਪਣਾ। ਆਹ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਸਿੰਪਲ ਪਲੱਗ ਲੱਗਿਆ ਹੋਇਆ ਜੀ, ਠੀਕ ਆ, ਪਲੱਗ ਲੱਗਿਆ ਹੋਇਆ, ਆਹ ਇਹਦਾ ਚਾਰਜਰ ਆ, ਠੀਕ ਹੈ। ਆਹ ਦੇਖੋ ਚਾਰਜ ਦੀ, ਆਹ ਜਿਹੜਾ ਪੁਆਇੰਟ ਦੇਖ ਰਹੇ ਹੋ ਇਹਦੇ ਵਿੱਚ ਜਿਹੜਾ ਚਾਰਜਰ ਲੱਗਦਾ ਹੈ। ਹਾਂਜੀ, ਆਹ ਚਾਰਜ ਦੇਖੋ, ਚਾਰਜਰ ਲੱਗ ਗਿਆ ਜੀ। ਪਤਾ ਕਿੱਦਾਂ ਲੱਗੂਗਾ ਵੀ ਇਹ ਚਾਰਜ ਹੋ ਰਹੀ ਹੈ? ਦੇਖੋ ਚਾਰਜਰ ਬੰਦ ਆ, ਕੋਈ ਲਾਈਟ ਨਹੀਂ, ਕੁਛ ਹੋ ਨਹੀਂ ਹੈ ਜੀ, ਠੀਕ ਹੈ। ਅਤੇ ਹੁਣ ਚਾਰਜ ਆਪਾਂ ਔਨ ਕਰ ਦਿੱਤਾ, ਇਹ 'ਚ ਲਾਈਟ ਚੱਲ ਪਈ, ਬਲਿੰਕ ਹੋਣ ਲੱਗ ਗਈ ਲਾਈਟ, ਤੁਸੀਂ ਦੇਖ ਸਕਦੇ ਹੋ ਕਿ ਇੱਧਰੋਂ ਫੈਨ ਔਨ ਹੋ ਜਾਣਾ, ਫੈਨ ਇਹਦਾ ਔਨ ਹੋ ਜਾਣਾ। ਹੁਣ ਦੇਖੋ ਹਵਾ ਆ ਰਹੀ ਆ, ਫੈਨ ਚੱਲ ਰਹੇ ਆ। ਜਦੋਂ ਇਹ ਚਾਰਜ ਹੋ ਗਿਆ ਫੁੱਲ, ਇਹਨੇ ਆਪਣੇ ਆਟੋ ਕੱਟ ਹੋ ਜਾਣਾ। ਇਹਦੀ ਆਪਣਾ ਕੋਈ ਉਹ ਨਹੀਂ, ਰਿਸਕ ਨਹੀਂ ਹੈਗਾ ਇਹਦਾ ਵੀ ਆਪਾਂ ਕਹਿ ਦਈਏ ਚਾਰਜ ਚੱਲਦਾ ਰਹੂਗਾ ਜਾਂ ਸਾਡੀ ਬੈਟਰੀ ਨਾ ਫਟ ਜਾਵੇ, ਨਾ ਸਾਡਾ ਚਾਰਜਰ ਨਾ ਫਟ ਜਾਵੇ, ਇੱਦਾਂ ਦਾ ਆਪਾਂ ਨੂੰ ਕੋਈ 1% ਵੀ ਰਿਸਕ ਨਹੀਂ ਹੈਗਾ ਇਹਦਾ। ਸਰ ਕਿੰਨੀ ਕੁ ਬਿਜਲੀ ਲਊਗਾ ਇਹ, ਕਿੰਨੀ ਕੁ ਜ਼ਿਆਦਾ ਖਰਚਾ ਆਊਗਾ ਇਹਦੇ ਨਾਲ? ਮੈਡਮ ਜੀ, ਆਪਾਂ ਇੱਕ ਵਾਰ ਇਹਨੂੰ ਚਾਰਜ ਕਰਦੇ ਹਾਂ, ਮੇਰੇ ਹਿਸਾਬ ਨਾਲ 2-3 ਯੂਨਿਟਾਂ ਜ਼ਿਆਦਾ ਤੋਂ ਜ਼ਿਆਦਾ, ਮਤਲਬ ਕਿ 20-30 ਰੁਪਏ ਦੀ ਬਿਜਲੀ, ਸਿਰਫ 20-30 ਰੁਪਏ ਦੀ ਬਿਜਲੀ ਆਪਣੀ ਖਾਊਗਾ ਇੱਕ ਦਿਨ ਦੇ ਵਿੱਚ, 20-30 ਰੁਪਏ ਦੀ ਬਿਜਲੀ ਖਾਊਗਾ? ਹਾਂਜੀ, ਉਹ ਤਾਂ ਆਪਣੇ 'ਤੇ ਹੈ ਨਾ, ਆਪਾਂ ਇਹਨੂੰ 100+ ਚਲਾ ਸਕਦੇ ਹਾਂ, ਉਹ ਆਪਾਂ ਦੇਖਣਾ ਵੀ ਆਪਾਂ ਇੱਕ ਦਿਨ ਦੇ ਵਿੱਚ ਚਲਾਉਣਾ ਵਾ ਕਿ 2 ਦਿਨ ਦੇ ਵਿੱਚ ਚਲਾਉਣਾ ਜਾਂ 3 ਦਿਨ ਦੇ ਵਿੱਚ ਚਲਾਉਣਾ ਵਾ।